ਹੈਲੋ ਫਰੈਂਡਸ, ਸੋ ਇੱਕ ਵਾਰ ਫਿਰ ਤੋਂ ਕੁਛ ਨਵੇਂ ਵਰਡਸ ਇੰਗਲਿਸ਼ 'ਤੇ ਅਸੀਂ ਸਿੱਖਣ ਦੇ ਲਈ ਜਾ ਰਹੇ ਹਾਂ। ਤੋ ਨਿਊ ਵਰਡ ਜਿਹੜਾ ਹੈਗਾ ਹੈ ਐਂਗਸਟਿੰਗ। ਐਂਗਸਟਿੰਗ ਦਾ ਮੀਨਿੰਗ ਟੂ ਫੀਲ ਔਰ ਐਕਸਪ੍ਰੈਸ ਐਂਗਜ਼ਾਇਟੀ, ਯਾਨੀ ਆਪਣੀ ਚਿੰਤਾ ਨੂੰ, ਆਪਣੀ ਪਰੇਸ਼ਾਨੀ ਨੂੰ ਐਕਸਪ੍ਰੈਸ ਕਰਨਾ। ਤੋ ਐਂਗਸਟਿੰਗ ਇੱਕ ਵਰਬ ਆ, ਲੇਕਿਨ ਆਪਾਂ ਇਹਨੂੰ ਯੂਜ਼ ਕਿਵੇਂ ਕਰ ਸਕਦੇ ਹਾਂ? ਫੋਰ ਐਗਜ਼ਾਮਪਲ, ਆਈ ਹੈਵ ਬੀਨ ਐਂਗਸਟਿੰਗ, ਜਾਂ ਯੂ ਹੈਵ ਬੀਨ ਐਂਗਸਟਿੰਗ, ਸ਼ੀ ਹੈਜ਼ ਬੀਨ ਐਂਗਸਟਿੰਗ। ਤੋ ਜਿਹੜਾ ਨੈਕਸਟ ਵਰਡ ਸਾਡੇ ਕੋਲ ਅਵੇਡ, ਅਵੇਡ ਇੱਕ ਨਿਊ ਵਰਡ ਹੈ ਐਂਡ ਇਸ ਦਾ ਮੀਨਿੰਗ ਹੁੰਦਾ ਆ ਟੂ ਓਵਰਕਮ ਵਿਦ ਐਂਗਰ, ਯਾਨੀ ਗੁੱਸੇ ਦੇ ਉੱਪਰ ਕਾਬੂ ਪਾਉਣਾ ਜਾਂ ਗੁੱਸੇ ਆਉਣ ਦੀ ਆਦਤ ਨੂੰ ਛੱਡ ਦੇਣਾ। ਤੋ ਆਪਾਂ ਇਹਨੂੰ ਅਵੇਡ ਕਵਾਂਗੇ। ਨੈਕਸਟ ਵਰਡ ਸਾਡੇ ਕੋਲ ਹੈਗਾ ਆ ਬਲੱਡ। ਸੋ ਬਲੱਡ ਮੀਨਸ ਹੁੰਦਾ ਆ ਇਹ ਫੂਲ, ਯਾਨੀ ਕਿ ਮੂਰਖ। ਜਦੋਂ ਆਪਾਂ ਨੋਰਮਲ ਇੰਗਲਿਸ਼ 'ਚ ਫੂਲ ਬੋਲਦੇ, ਲੇਕਿਨ ਐਡਵਾਂਸ ਵਰਡ ਬਲੱਡ ਯੂਜ਼ ਕਰ ਸਕਦੇ ਹਾਂ। ਐਂਡ ਨੈਕਸਟ ਵਰਡ ਕੌਮ। ਕੌਮ ਦਾ ਮੀਨਿੰਗ ਹੁੰਦਾ ਆ ਟੂ ਪ੍ਰੋਵਾਈਡ ਸਰਵਿਸਿਸ ਔਰ ਗੁੱਡਸ ਟੂ ਸਮਵਨ ਵਿਦਆਊਟ ਆਸਕਿੰਗ ਫੋਰ ਪੇਮੈਂਟ, ਯਾਨੀ ਕਿਸੇ ਬੰਦੇ ਨੂੰ ਕੋਈ ਚੀਜ਼ ਜਾਂ ਸਰਵਿਸ ਦੇਣੀ ਬਿਨਾਂ ਕਿਸੇ ਉਹਨੂੰ ਪੈਸੇ ਪੁੱਛਣ ਤੋਂ, ਉਹਨੂੰ ਕੌਮ ਕਵਾਂਗੇ। ਤੋ ਲਾਸਟ ਵਰਡ ਤੁਹਾਡੇ ਕੋਲ ਹੈਗਾ ਆ ਚਿਲੈਕਸ। ਇਸਦਾ ਮੀਨਿੰਗ ਕੀ ਆ ਤੁਸੀਂ ਜ਼ਰੂਰ ਦੱਸਣਾ। ਥੈਂਕ ਯੂ ਸੋ ਮਚ।